ਨਮਸਕਾਰ ਖਬਰਾਂ ਦੇ ਇਸ ਬਲੂਟਨ 'ਚ ਤੁਹਾਡਾ ਸਵਾਗਤ ਮੈਂ ਹਾਂ ਪ੍ਰਮੇਂਦਰ ਕੌਰ ਪਹਿਲਾਂ ਪੇਸ਼ ਨਹੀਂ ਝੁੰਡੀਆਂ ਖਬਰਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਵੀਡੀਓ ਕਾਨਫਰੈਂਸਿੰਗ ਰਾਹੀਂ ਟੈਲੀਕਮ ਰੈਗੂਲੇਟਰੀ ਅਥਾਰਟੀ ਆਫ ਇੰਡੀਆ ਦੇ ਸਿਲਵਰ ਜੁਬਲੀ ਸਮਾਗਮ ਨੂੰ ਕੀਤਾ ਸੰਬੋਧਨ 5G ਟੈਸਟ ਬੈਂਡ ਕੀਤਾ ਲਾਂਚ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਦੋ ਸਵਦੇਸ਼ੀ ਬੇੜਿਆਂ ਸੂਰਤ ਤੇ ਉਦੈਗਿਰੀ ਨੂੰ ਭਾਰਤੀ ਜਲ ਸੈਨਾ ਚ ਕੀਤਾ ਸ਼ਾਮਲ ਸੀਬੀ ਨੇ ਸਾਬਕਾ ਕੇਂਦਰੀ ਮੰਤਰੀ ਪੀ ਚਿਤਾਮਰਮ ਦੇ ਪੁੱਤਰ ਕਾਰਤੀ ਪੀ ਚਿਤਾਮਰਮ ਦੇ ਟਿਕਾਣਿਆਂ ਤੇ ਕਥਿਤ ਵਿਦੇਸ਼ੀ ਨਿਵੇਸ਼ ਮਾਮਲੇ ਸੰਬੰਧੀ ਮਾਰੇ ਛਾਪੇ ਫਿਲਮਾ ਦੇ ਮਹਾਕੁੰਭ ਵਜੋਂ ਜਾਣੇ ਜਾਂਦੇ ਕਾਂਸ ਫਿਲਮ ਫੈਸਟੀਵਲ ਦੀ ਸ਼ੁਰੂਆਤ ਅੱਜ ਫਰਾਂਸ 'ਚ ਹੋਵੇਗੀ ਤੇ ਹੁਣ ਖਬਰਾਂ ਵਿਸਥਾਰ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਵੀਡੀਓ ਕਾਨਫਰencing ਰਾਹੀਂ ਟੈਲੀਕਮ ਰੈਗੂਲੇਟਰੀ ਅਥਾਰਟੀ ਆਫ ਇੰਡੀਆ ਯਾਨੀ TRAI ਦੇ ਸਿਲਵਰ ਜੁਬਲੀ ਸਮਾਰਕ ਨੂੰ ਸੰਬੋਧਨ ਕੀਤਾ ਇਸ ਮੌਕੇ ਉਹਨਾਂ ਨੇ ਇੱਕ ਯਾਦਗਾਰੀ ਡਾਕ ਟਿਕਟ ਵੀ ਜਾਰੀ ਕੀਤੀ ਪ੍ਰਧਾਨ ਮੰਤਰੀ ਨੇ IIT ਮਦਰਾਸ ਦੀ ਅਗਵਾਈ ਚ ਕੋਈ 8 ਸੰਸਥਾਵਾਂ ਵੱਲੋਂ ਮਿਲ ਕੇ ਬਹੁ ਸੰਸਥਾਈ ਵਿਕਸਿਤ ਕੀਤੇ 5G ਟੈਸਟ ਬੈਂਡਲ ਨੂੰ ਲਾਂਚ ਕੀਤਾ IIT मद्रास ਤੋਂ ਇਲਾਵਾ ਜੜੀਆਂ ਹੋਰ ਸੰਸਥਾਵਾਂ ਨੇ ਇਸ ਲਈ ਯੋਗਦਾਨ ਪਾਇਆ ਉਹਨਾਂ ਚ IIT ਦਿੱਲੀ, ਹਾਈਦਰਾਬਾਦ, ਮੁੰਬਈ, ਕਾਨਪੁਰ, IISc ਬੰਗਲੌਰ ਐਪਲਾਈਡ ਮਾਈਕ੍ਰੋਵੇਵ ਇਲੈਕਟ੍ਰੋਨਿਕ ਇੰਜੀਨੀਅਰਿੰਗ ਤੇ ਕੋਰਸ ਸੁਸਾਇਟੀ ਅਤੇ ਵਾਇਰਲੈਸ ਟੈਕਨੋਲੋਜੀ ਦਾ ਸੈਂਟਰ ਆਫ ਐਕਸੀਲੈਂਸ ਸ਼ਾਮਿਲ ਨੇ ਇਸ ਪ੍ਰੋਜੈਕਟ ਲਈ 220 ਕਰੋੜ ਰੁਪਏ ਤੋਂ ਜ਼ਿਆਦਾ ਲਾਗਤ ਆਈਏ ਇਸ ਮੌਕੇ ਬੋਲਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਅੱਜ ਤੋਂ ਸ਼ੁਰੂ ਕੀਤੀ ਜਾਣ ਵਾਲੀ 5G ਪ੍ਰਣਾਲੀ ਦਾ ਸਵਦੇਸ਼ੀ ਸਟੈਂਡਰਡ ਬਣਾਇਆ ਗਿਆ ਪ੍ਰਧਾਨ ਮੰਤਰੀ ਨੇ ਕਿਹਾ ਕਿ 5G ਜਿੱਥੇ ਹਰ ਖੇਤਰ ਵਿੱਚ ਵਿਕਾਸ ਕਰੇਗਾ ਉਥੇ ਇਸ ਦਾ ਪਿੰਡਾਂ ਵਿੱਚ ਟੈਕਨੋਲੋਜੀ ਪਹੁੰਚਾਉਣ ਲਈ ਇਹ ਭੂਮਿਕਾ ਹੋਵੇਗੀ ਪ੍ਰਧਾਨ ਮੰਤਰੀ ਨੇ ਕਿਹਾ ਕਿ 21ਵੀਂ ਸਦੀ ਚ ਟੈਕਨੋਲੋਜੀ ਨੇ ਕਨੈਕਟੀਵਿਟੀ ਇੱਕ ਵੱਡਾ ਯੋਗਦਾਨ ਪਾ ਰਹੀ ਹੈ ਤੇਜ਼ ਦਾ ਇਸਤੇਮਾਲ ਦੇਸ਼ ਦੀ ਗਵਰਨੈਂਸ ਈਜ਼ ਆਫ ਲਿਵਿੰਗ ਈਜ਼ ਆਫ ਡੂਇੰਗ ਕਾਰੋਬਾਰੇ ਤੇ ਹੋਰ ਖੇਤਰਾں 'ਚ ਸਕਾਰਾਤਮਕ ਬਦਲਾ ਲਿਆ ਪੇਗਾ ਪ੍ਰਧਾਨ ਮੰਤਰੀ ਨੇ ਸਰਕਾਰ ਅਤੇ ਸੰਤ ਨੂੰ ਮਿਲਕੇ 5G ਨੂੰ ਤੇਜ਼ੀ ਨਾਲ ਰੋਲ ਆਊਟ ਕਰਨ ਲਈ ਆਖਿਆ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ 5G ਟੈਕਨੋਲੋਜੀ ਦੇਸ਼ ਨੂੰ ਆਤਮ ਨਿਰਭਰ ਬਣਾਉਣ ਲਈ ਇੱਕ ਅਹਿਮ ਕਦਮ ਹੈ ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ 'ਚ 5G ਨਾਲ ਸਹੂਲਤਾਂ ਤੇ ਰੁਜ਼ਗਾਰ ਵਧਣਗੇ ਦੇਸ਼ ਕੇ ਯੁਵਾ ਸਾਥਿਓਂ ਕੋ ਰਿਸਰਚਰਸ ਆਰ ਕੰਪਨੀਆਂਸ ਕੋ ਆਮੰਤਰਿਤ ਕਰਤਾ ਹਾਂ कि वो टेस्टिंग फैसिलिटी का उपयोग 5G टेक्नोलॉजी के निर्माण के लिए करें विशेष रूप से हमारे स्टार्टअप्स के लिए अपने प्रोडक्ट टेस्ट करने का ये बहुत बड़ा अवसर है यही नहीं 5G आई के रूप में जो देश का अपना 5G स्टैंडर्ड बनाया गया है वो देश के लिए बहुत गर्व की बात है ਰਾਸ਼ਟਰ ਸਬਦੇਸ਼ੀ ਜੰਗੀ ਬੇੜੇ ਦੇ ਨਿਰਮਾਣ ਦੇ ਇਤਿਹਾਸ ਵਿੱਚ ਅੱਜ ਇੱਕ ਹੋਰ ਇਤਿਹਾਸਕ ਘਟਨਾ ਦਰਜ ਹੋ ਗਈ ਜਦੋਂ ਭਾਰਤੀ ਜਲ ਸੈਨਾ ਦੇ ਦੋ ਫਰੰਟ ਲਾਈਨ ਜੰਗੀ ਬੇੜੇ ਸੂਰਤ ਇੱਕ ਪ੍ਰੋਜੈਕਟ 15 ਬੀ ਵਿਨਾਸ਼ਕਾਰੀ ਅਤੇ ਉਦੇਗਿਰੀ ਇੱਕ ਪ੍ਰੋਜੈਕਟ 17 ਏ ਫ੍ਰੀਗੇਟਸ ਅੱਜ ਮਸਗਾਉ ਡੌਕਸ ਲਿਮਟਿਡ ਮੁੰਬਈ ਚ ਇੱਕੋ ਸਮੇਂ ਲਾਂਚ ਕੀਤੇ ਗਏ ਇਹਨਾਂ ਦੋਹਾਂ ਸਬਦੇਸ਼ੀ ਬੇੜਿਆਂ ਨੂੰ ਸ਼ਾਮਿਲ ਕਰਨ ਦੀ ਰਸਮ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅਦਾ ਕੀਤੀ ਜਹਾਜ਼ਾਂ ਦੀ ਪ੍ਰੋਜੈਕਟ 15 ਬੀ ਸ਼੍ਰੇਣੀ ਭਾਰਤੀ ਜਲ ਸੈਨਾ ਦੇ ਅਗਲੀ ਪੀੜੀ ਦੇ ਸਟੀਲਥ ਗਾਈਡਡ ਮਿਜ਼ਾਈਲ ਵਿਨਾਸ਼ਕ

हमारी मैरिटाइम कैपेबिलिटी में वृद्धि और आत्मनिर्भरता के प्रति हमारे कमिटमेंट की एक मिसाल है मैं इंडियन नेवी बजगांव डाक शिप बिल्डर्स लिमिटेड और इस आयोजन से जुड़े सभी स्टेक होल्डर्स को अपनी ओर से हार्दिक बधाई देता हूं और शुभकामनाएं भी देता हूं ਇਸ ਪ੍ਰੋਜੈਕਟ 'ਚ ਪਹਿਲੀ ਵਾਰ ਸਵਦੇਸ਼ੀ ਜੰਗੀ ਜਹਾਜ਼ਾਂ ਦੇ ਡਿਜ਼ਾਈਨ ਤੇ ਨਿਰਮਾਣ 'ਚ ਵੱਖ-ਵੱਖ ਨਵੀਆਂ ਤਾਰਨਾਵਾਂ ਤੇ ਟੈਕਨੋਲੋਜੀਆਂ ਜਿਵੇਂ ਕਿ ਏਕੀਕ੍ਰਿਤ ਉਸਾਰੀ, ਮੈਗਾ ਬਲਾਕ ਆਊਟ ਸੋਰਸਿੰਗ, ਪ੍ਰੋਜੈਕਟ ਡਾਟਾ ਪ੍ਰਬੰਧਨ ਅਤੇ ਪ੍ਰੋਜੈਕਟ ਲਾਈਫ ਸਾਈਕਲ ਪ੍ਰਬੰਧਨ ਨੂੰ ਸ਼ਾਮਲ ਕੀਤਾ ਗਿਆ ਹੈ। ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਜੇਪੀ ਨੱਡਾ ਨੇ ਬੀਤੇ ਦਿਨੀ ਨਵੀਂ ਦਿੱਲੀ 14 ਮੁਲਕਾਂ ਦੇ ਮਿਸ਼ਨ ਮੁਖੀਆਂ ਨਾਲ ਗੱਲਬਾਤ ਕੀਤੀ ਇਹ ਗੱਲਬਾਤ ਬੀਜੇਪੀ ਜਾਣੂ ਪਹਿਲ ਦੇ ਹਿੱਸੇ ਵਜੋਂ ਕੀਤੀ ਗਈ ਇਸ ਗੱਲਬਾਤ ਅਮਰੀਕਾ ਆਸਟ੍ਰੇਲੀਆ ਕੈਨੇਡਾ ਇਜ਼ਰਾਈਲ ਡੈਨਮਾਰਕ ਭੂਟਾਨ ਫਿਜੀ ਇੰਡੋਨੇਸ਼ੀਆ ਨਿਊਜ਼ੀਲੈਂਡ ਫਿਲੀਪੀਨਸ ਸ਼੍ਰੀਲੰਕਾ ਕੀਨੀਆ ਅਤੇ ਸੂਰੀਨੇਮ ਦੇ ਰਾਜਦੂਤਾਂ ਨੇ ਹਿੱਸਾ ਲਿਆ ਪਾਰਟੀ ਦੇ ਪ੍ਰਧਾਨ ਨੇ ਮਹਿਮਾਨਾਂ ਨੂੰ ਨਰਿੰਦਰ ਮੋਦੀ ਸਰਕਾਰ ਦੀਆਂ ਨੀਤੀਆਂ ਦੇ ਨਾਲ-ਨਾਲ ਪਾਰਟੀ ਦੇ ਢਾਂਚੇ ਅਤੇ ਹੋਰ ਵਿਭਾਗਾਂ ਤੋਂ ਜਾਣੂ ਕਰਵਾਇਆ ਪੰਜਾਬ ਕੈਬਨਿਟ ਦੀ ਇੱਕ ਅਹਿਮ ਮੀਟਿੰਗ ਪਲਕੇ ਸਿਵਲ ਸਖਤਰੇਤ ਚੰਡੀਗੜ੍ਹ ਚੁਪੇਗੀ ਜਿਸ ਦੌਰਾਨ ਕਈ ਅਹਿਮ ਫੈਸਲੇ ਲਏ ਜਾ ਸਕਦੇ ਨੇ ਇਸ ਮੀਟਿੰਗ ਚ ਕੱਚੇ ਮੁਲਾਜ਼ਮਾਂ ਤੋਂ ਇਲਾਵਾ ਬੇਰੁਜ਼ਗਾਰਾਂ ਦੇ ਹਿੱਤ ਵਿੱਚ ਫੈਸਲੇ ਹੋ ਸਕਦੇ ਨੇ ਪੰਜਾਬ ਦੇ ਟ੍ਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਪੁੱਲਰ ਨੇ ਲਗਾਤਾਰ ਮਿਲ ਰਹੀਆਂ ਸ਼ਿਕਾਇਤਾਂ ਦੇ ਆਧਾਰ ਤੇ ਕਲਰ ਰੀਜਨਲ ਟ੍ਰਾਂਸਪੋਰਟ ਅਥਾਰਟੀ ਬਠਿੰਡਾ ਦੇ ਦਫਤਰ ਵਿੱਚ ਛਾਪਾ ਮਾਰਿਆ ਰਿਕਾਰਡ ਕੋਖਨ ਅਤੇ ਆਰਟੀਏ ਦਫਤਰ ਦੇ ਕੰਮ ਕਾਜ ਵਿੱਚ ਕਈ ਤਰ੍ਹਾਂ ਦੀਆਂ ਉਲਤਾਈਆਂ ਪਾਈਆਂ ਗਈਆਂ ਸਰਕਾਰ ਵੱਲੋਂ ਜਾਰੀ ਪ੍ਰੈਸ ਨੋਟ ਚ ਕਿਹਾ ਗਿਆ ਕਿ ਬਠਿੰਡਾ ਦੇ ਦਫਤਰ ਵੱਲੋਂ ਕਈ ਪਰਮਿਟ ਨਜਾਇਜ਼ ਤੌਰ ਤੇ ਜਾਰੀ ਕੀਤੇ ਗਏ ਕਈ ਅਸਲ ਬੱਸ ਆਪਰੇਟਰਾਂ ਨੂੰ ਪਰਮਿਟ ਨਹੀਂ ਦਿੱਤੇ ਗਏ ਤੇ ਕਈ ਆਪਰੇਟਰਾਂ ਨੂੰ ਟਾਈਮ ਟੇਬਲ ਚ ਬਣਦੀ ਥਾਂ ਨਹੀਂ ਦਿੱਤੀ ਗਈ ਕੈਬਨਿਟ ਮੰਤਰੀ ਨੇ ਵਿਭਾਗ ਦੇ ਮੁਖ ਸਕੱਤਰ ਵਿਕਾਸ ਗਰਗ ਨੂੰ ਆਰਟੀਏ ਬਠਿੰਡਾ ਵਿ ਕਰਨ ਦੇ ਹੁਕਮ ਦਿੰਦੇ ਆ ਹਫਤੇ ਦੇ ਅੰਦਰ ਅੰਦਰ ਰਿਪੋਰਟ ਮੰਗੀ ਹੈ ਕੈਨੇਡਾ ਦੇ ਟ੍ਰਾਂਸਪੋਰਟ ਮੰਤਰੀ ਉਮਰ ਅਲ ਕਬਰਾ ਨੇ ਭਾਰਤ ਦੇ ਸ਼ਹਿਰੀ ਹਵਾਬਾਜ਼ੀ ਮੰਤਰੀ ਜੋਤਰਾ ਦਿੱਤੇ ਸਿੰਧਿਆ ਨਾਲ ਹੋਈ ਦਵੱਲੀ ਮੰਤਰੀ ਪਦਰ ਦੀ ਗੱਲਬਾਤ ਦੌਰਾਨ ਅਮਨ ਸਰ ਲਈ ਸਿੱਧੀਆਂ ਉਡਾਨਾਂ ਦਾ ਮੁੱਦਾ ਉਠਾਉਣ ਲਈ ਧੰਨਵਾਦ ਕੀਤਾ ਹੈ ਜ਼ਿਕਰਯੋਗ ਹੈ ਕਿ ਉਡਾਨਾਂ ਦੇ ਚੱਲ ਰਹੀ ਯਤਨਾਂ ਨੂੰ ਪਹਿਲਾ ਹੁਲਾਰਾ ਉਦੋਂ ਮਿਲਿਆ ਸੀ ਜਦੋਂ ਜਨਵਰੀ 'ਚ ਕੈਨੇਡਾ ਤੋਂ ਇਸ ਬਿਹਾਨ ਲਈ ਇੱਕ ਮੋਰੀ ਆਗੂ ਮੋਹਿਤ ਤੰਜੂ ਵੱਲੋਂ ਕੈਨੇਡਾ ਦੀ ਸੰਸਦ ਵਿੱਚ ਸਿੱਧੀਆਂ ਉਡਾਨਾਂ ਲਈ ਪਟੀਸ਼ਨ ਪਾਈ ਗਈ ਸੀ ਜਿਸ ਨੂੰ ਕੰਜ਼ਰਵੇਟਿਵ ਪਾਰਟੀ ਦੇ ਸੰਸਦ ਮੈਂਬਰ ਬ੍ਰੈਡਬੇਸ ਵੱਲੋਂ ਸਮਰਥਨ ਦਿੱਤਾ ਗਿਆ ਸੀ ਇਸ ਪਟੀਸ਼ਨ 'ਚ ਕੈਨੇਡਾ ਸਰਕਾਰ ਸਰਦਰ ਦਰਮਿਆਨ ਸਿੱਧੀਆਂ ਉਡਾਨਾਂ ਸ਼ੁਰੂ ਕਰਾਉਣ ਲਈ ਬੇਨਤੀ ਕੀਤੀ ਗਈ ਸੀ. सीबीआई ਨੇ ਸਾਬਕਾ ਕੇਂਦਰੀ ਮੰਤਰੀ ਪੀਜ ਤਾਮਰਮ ਦੇ ਪੁੱਤਰ 카ਰਤੀ ਪੀਜ ਤਾਮਰਮ ਦੇ 9 ਟਿਕਾਣਿਆਂ ਤੇ ਛਾਪਾ ਮਾਰਿਆ. सीबीआई ਨੇ ਉਹਨਾਂ ਦੇ ਦਿੱਲੀ, ਮੁੰਬਈ, ਚੇਨਈ ਅਤੇ ਤਾਮਿਲਨਾਡੂ ਸਥਿਤ ਦਫ਼ਤਰਾਂ ਤੇ ਕਾਰਵਾਈ ਕੀਤੀ. ਇਹ ਛਾਪੇ 카ਰਤੀ ਪੀਜ ਤਾਮਰਮ ਦੇ ਖਿਲਾਫ ਕਥਿਤ ਵਿਦੇਸ਼ੀ ਨਿਵੇਸ਼ ਨੂੰ ਲੈ ਕੇ ਮਾਰੇ ਗਏ. ਫਿਲਮਾਂ ਦੇ ਮਹਾਕੁੰਭ ਵਜੋਂ ਜਾਣਦੇ ਜਾਂਦੇ 75ਵੇਂ ਕਾਂਸ ਫਿਲਮ ਫੈਸਟੀਵਲ ਦੀ ਸ਼ੁਰੂਆਤ ਅੱਜ ਫਰਾਂਸ 'ਚ ਹੋ ਰਹੀ ਹੈ। ਇਹ ਫੈਸਟੀਵਲ 28 ਮਈ ਤੱਕ ਚੱਲੇਗਾ। ਇਸ ਵਿੱਚ ਫਿਲਮੀ ਅਦਾਕਾਰਾਂ ਦੇ ਵਫਾ ਦੀ ਅਗਵਾਈ ਸੂਚਨਾ ਤੇ ਪ੍ਰਸਾਰਣ ਮੰਤਰੀ ਅਨੁਰਾਗ ਸਿੰਘ ਠਾਕੁਰ ਕਰਨਗੇ। ਇਸ ਫਿਲਮ ਫੈਸਟੀਵਲ 'ਚ ਨਾ ਕੇਵਲ ਮਨੋਰੰਜਨ ਜਗਤ ਦੇ ਵੱਡੇ ਸਿਤਾਰੇ ਸ਼ਿਰਕਤ ਕਰਨਗੇ ਸਗੋਂ ਦੁਨੀਆ ਪਰਦੇ ਫਿਲਮ ਨਿਰਮਾਤਾ ਤੇ ਹੋਰ ਕਲਾਕਾਰ ਵੀ ਸ਼ਾਮਿਲ ਹੋਣਗੇ। ਕਈ ਹਸਤੀਆਂ ਇਸ ਸਾਲ ਵੀ ਆਪਣਾ ਡੈਬਿਊ ਕਰਦੀਆਂ ਨਜ਼ਰ ਆਉਣਗੀਆਂ। ਭਾਰਤ ਵੱਲੋਂ ਪੂਜਾ ਹੇਗੜੇ, ਦੀਪਿਕਾ ਪਾਦੁਕੋਨ ਅਤੇ ਬਾਲੀਵੁੱਡ ਐਕਟਰ ਨਵਾਜ਼ੁਦੀਨ ਸਦੀਕੀ ਵਰਗੇ ਕਈ ਬਾਲੀਵੁੱਡ ਸਿਤਾਰੇ ਤੇ ਸੰਗੀਤ ਉਸਤਾਦ ਏ ਆਰ ਰਹਿਮਾਨ ਗ੍ਰੈਮੀ ਪੁਰਸਕਾਰ ਜੇਤੂ ਕਲਾਕਾਰ ਰਿੱਕੀ ਕੇਜ ਇਸ ਫੈਸਟੀਵਲ ਚ ਸ਼ਾਮਿਲ ਹੋਣਗੇ ਪਾਰਤੀ ਮੁਕੇ ਬਸ ਨਿਖਿਤ ਨੇ 52 ਕਿਲੋ ਮਨੀਸ਼ਾ ਨੇ 57 ਕਿਲੋ ਤੇ ਪ੍ਰਵੀਨ ਨੇ 63 ਕਿਲੋ ਪਾਰ ਵਰਕਸ ਇੰਸਟਾਬੁਲ ਚ ਖੇਡੇ ਜਾ ਰਹੇ ਆਈਬੀਏ ਮਹਿਲਾ ਵਿਸ਼ਵ ਮੁਕੇਬਾਜ਼ੀ ਚੈਂਪੀਅਨਸ਼ਿਪ ਵਿੱਚ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ ਬੀਤੇ ਦਿਨ ਕੁਆਟਰਫਾਈਨਲ ਮੁਕਾਬਲੇ ਜਿੱਤ ਕੇ ਦੇਸ਼ ਲਈ ਧੰਕੇ ਪੱਕੇ ਕਰ ਲੈਨੇ ਨਿਖਿਤ ਜ਼ਰੀਨੇ ਚਾਰਲੇ ਡੇਵਿਡਸਨ ਨੂੰ 5-0 ਜਦਕੀ ਮਨੀਸ਼ਾ ਨੇ ਮੰਗੋਲੀਆ ਦੇ ਮੂਨਖੋਰ ਨੂੰ 4-1 ਤੇ ਪ੍ਰਵੀਨ ਨੇ ਤਜ਼ਾਕਿਸਤਾਨ ਦੇ ਸ਼ਿਉਰਾ ਜੁਲੇਨਾ ਰੂਬਾ ਨੂੰ 5-0 ਦੇ ਫਰਕ ਨਾਲ ਹਰਾਇਆ mosum awesome. ਪੰਜਾਬ ਸਮੇਤ ਉੱਤਰ ਪ੍ਰਦੇਸ਼ ਇਸ ਵਾਰ ਜੂਨ ਵਰਗੀ ਗਰਮੀ ਮਹਿਸੂਸ ਕੀਤੀ ਜਾ ਰਹੀ ਹੈ ਪੰਜਾਬ ਚ ਗਰਮੀ ਨੇ ਪਿਛਲੇ 8 ਸਾਲਾਂ ਦੇ ਰਿਕਾਰਡ ਤੋੜ ਦਿੱਤੇ ਨੇ ਪਰ ਬੀਤੀ ਸ਼ਾਮ ਤੋਂ ਹਿਮਾਚਲ ਪ੍ਰਦੇਸ਼ ਦੇ ਉੱਪਰਲੇ ਇਲਾਕਿਆਂ ਚ ਗੜਬੜ ਵਾਲੀਆਂ ਪੱਛਮੀ ਪੌਣਾ ਸਰਗਰਮ ਹੋਣ ਨਾਲ ਪੰਜਾਬ ਦੇ ਕਈ ਜ਼ਿਲ੍ਹਿਆਂ ਚ ਕਹਿਰ ਦੀ ਗਰਮੀ ਤੇ ਲੂ ਤੋਂ ਕੁਝ ਰਾਹਤ ਮਿਲੀ ਹੈ ਦੁਆਬਾ ਤੇ ਮਾਝਾ ਖੇਤਰ ਵਿੱਚ ਬੀਤੇ ਦਿਨੀ 40 ਤੋਂ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੂੜਪਰੀ ਹਨੇਰੀ ਚੱਲੀ ਕੁਝ ਇਲਾਕਿਆਂ ਚ ਕਿਤੇ ਕਿਤੇ ਛਿੱਟੇ ਵੀ ਪਏ ਪੰਜਾਬ ਵਿੱਚ ਅੱਜ ਵੀ ਤੇਜ਼ ਹਨੇਰੀ ਚੱਲਣ ਦੀ ਭਵਿੱਖਬਾਣੀ ਕੀਤੀ ਗਈ ਹੈ ਚੰਡੀਗੜ੍ਹ ਸੇਤ ਮੌਸਮ ਵਿਭਾਗ ਦੇ ਦਫ਼ਤਰ ਨੇ ਸਬੰਧੀ ਹਨੇਰੀ ਝੱਖੜ ਆਉਣ ਤੇ ਕਿਤੇ ਕਿਤੇ ਗਰਜ ਚਮਕ ਨਾਲ ਛਿੱਟੇ ਪੈਣ ਦੀ ਸੰਭਾਵਨਾ ਜਤਾਉਂਦਿਆਂ yellow alert ਜਾਰੀ ਕੀਤਾ ਹੈ ਕੁਝ ਰਾਹਤ ਤੋਂ ਬਾਅਦ ਗਰਮੀ ਦੇ ਜ਼ੋਰ ਫੜਨ ਦੀ ਸੰਭਾਵਨਾ ਹੈ ਪਰ ਮਹੀਨੇ ਦੇ ਅੰਤ ਤੱਕ ਗਰਮੀ ਦਾ ਪ੍ਰਕੋਪ ਇਸੇ ਤਰ੍ਹਾਂ ਰਹਿਣ ਦੀ ਭਵਿੱਖਬਾਣੀ ਕੀਤੀ ਗਈ ਹੈ ਖਬਰਾਂ ਦੇ ਬੁਲੇਟਿਨ ਸਾਡੇ ਦਰਸ਼ਕਾਂ ਇਹਨਾਂ ਨੂੰ DDGK ਜਲੰਧਰ ਦੇ YouTube ਚੈਨਲ Facebook ਪੇਜ ਅਤੇ Twitter handle ਤੇ ਵੀ ਦੇਖ ਸਕਦੇ ਨੇ ਤੇ ਇਸ ਦਿਨਾਂ ਲਈ ਖਬਰਾਂ ਦਾ ਬਲੂਟਿਨ ਖਤਮ ਹੋਇਆ ਮੈਂ ਮਾਸਕ ਲਗਾ ਕੇ ਸਟੂਡੀਓ ਤੋਂ ਬਾਹਰ ਜਾ ਰਹੀਆਂ ਬਾਹਰ ਜਾਣ ਵੇਲੇ ਤੁਸੀਂ ਵੀ ਮਾਸਕ ਜ਼ਰੂਰ ਲਗਾਓ ਤੇ ਹੁਣ ਇਜਾਜ਼ਤ ਦਿਓ ਨਮਸਕਾਰ